ਮੇਰੇ ਸਟੂਡੈਂਟਸ ਜਿੰਨੇ ਬੱਚੇ ਮਤਲਬ ਆਈਐਲਐਸ ਦੇ ਪੇਪਰਸ ਮੇਰਾ ਜਿੰਨਾ ਕਿ ਐਕਸਪੀਰੀਅੰਸ ਹੈਗਾ ਕਿ ਉਹ ਮਾਰ ਖਾਂਦੇ ਨੇ ਨਾ ਬਾਕੀਆਂ ਚ ਕਿਤੇ ਨਾ ਕਿਤੇ 7 8 ਆ ਜਾਂਦੇ ਆ ਤੇ ਰਾਈਟਿੰਗ ਇੱਕ ਐਵੇਂ ਦਾ ਮੋਡਿਊਲ ਹੈ ਕਿ ਜਿੱਥੇ ਉਹ 5.5 ਤੇ ਜਾਂ ਅੱਧੇ ਬੈਂਡ ਕਰਕੇ ਆਪਣੀ ਜਿਹੜੀ ਰਿਕੁਆਇਰਮੈਂਟ ਹੈ ਉਹ ਪੂਰੀ ਨਹੀਂ ਕਰ ਪਾਉਂਦੇ ਅੱਜ ਮੈਂ ਤੁਹਾਨੂੰ ਟੌਪਿਕ ਦਿਖਾਉਂਗਾ ਲਿਖਣਾ ਕਿਵੇਂ ਕਿਵੇਂ ਬੈਂਡ ਇਨਕਰੀਜ਼ ਕਰਨੇ ਆ ਕਿਹੜੇ ਕਿਹੜੇ ਕਨੈਕਟਰ ਯੂਜ਼ ਕਰਾਂਗੇ ਸਟੈਪ ਬਾਈ ਸਟੈਪ ਮੈਂ ਤੁਹਾਨੂੰ ਰਾਈਟਿੰਗ ਮੋਡਿਊਲ ਹੈ ਨਾ ਜਿਹੜਾ ਉਹਨੂੰ ਬਹੁਤ ਇੰਟਰਸਟਿੰਗ ਮੋਡਿਊਲ ਬਣਾ ਕੇ ਕਰਾਉਂਗਾ ਕਿਉਂਕਿ ਰਾਈਟਿੰਗ ਚ ਨਾ ਬਹੁਤ ਬੱਚਿਆਂ ਨੂੰ ਇਹ ਹੁੰਦਾ ਹੈ ਕਿ ਰਾਈਟਿੰਗ ਬੋਰਿੰਗ ਹੈ ਜੀ ਐਵੇਂ ਐਵੇਂ ਦਾ ਕੁਝ ਵੀ ਨਹੀਂ ਹੈਗਾ ਤੁਸੀਂ ਮੇਰੇ ਕੋਲੇ ਜਿੰਨੇ ਬੱਚੇ ਪੜਦੇ ਹੋ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਨਾ ਕਿ ਇਫ ਯੂ ਪੀਪਲ ਡੂ ਵਾਂਟ ਕਿ ਹਾਂ ਸਰ ਰਾਈਟਿੰਗ ਬੜੀ ਇੰਪਰੂਵ ਹੋ ਜੇ ਤਾਂ ਆਓ ਆਪਾਂ ਕਰਦੇ ਹਾਂ ਸਟੈਪ ਬਾਈ ਸਟੈਪ ਇੱਕ ਇੱਕ ਅੱਖਰ ਕਲੀਅਰ ਕਰੂੰਗਾ ਤੇ ਅੱਜ ਤੋਂ ਬਾਅਦ ਕਦੇ ਰਾਈਟਿੰਗ ਚ ਪ੍ਰੋਬਲਮ ਨਹੀਂ ਆਉਗੀ 댓ਸ ਇਟ ਤੇ ਮੈਂ ਅੱਜ ਕਲਾ ਰਾਈਟਿੰਗ ਹੀ ਪੜਾਉਂਗਾ ਇਸ ਤੋਂ ਬਾਅਦ ਮੈਂ ਕੁਝ ਨਹੀਂ ਪੜਾਉਂਦਾ ਹੈਗਾ ਕਿਉਂਕਿ ਆਈ ਹੈਵ ਟੂ ਗੋ ਠੀਕ ਆ ਤਾਂ ਇੱਕ ਵਾਰ ਜਿੰਨਾ ਵੀ ਤਰੀਕੇ ਨਾਲ ਕਿਉਂਕਿ ਦੋ ਰੀਡਿੰਗਸ ਹੋ ਗਈਆਂ ਅੱਜ ਤੇ ਹੁਣ ਮੈਂ ਰਾਈਟਿੰਗ ਤੇ ਜ਼ੋਰ ਦੇਉਂਗਾ ਤਾਂ ਬਾਕੀ ਜਿਹੜੀ ਕਸਰ ਹੋएगी ਅੱਗੇ ਪਿੱਛੇ ਆਪਾਂ ਪੂਰੀ ਕਰ ਦਾਂਗੇ ਠੀਕ ਆ ਫੋਰ ਗਰਵੀਨ ਠੀਕ ਠਾਕ ਹੋ ਸ਼ੰਗਾ ਵੈਰੀ ਗੁੱਡ ਸ਼ੀ ਇਜ਼ ਸੋ ਗੁੱਡ ਥੈਂਕ ਯੂ ਚਲੋ ਸ਼ੁਰੂ ਕਰਦੇ ਹਾਂ ਜੀ ਆਪਣੀ ਕਲਾਸ ਤੇ aisles writing task 2 ਤੇ ਕਿਵੇਂ ਟੋਪਿਕ ਦੇਖੋ लेट्स गो ਟੋਪਿਕ ਕੀ ਹੈ ਨਾਉ ਅਡੇਜ਼ ਮੋਰ ਐਂਡ ਮੋਰ ਪੀਪਲ ਵਾਂਟ ਟੂ ਗੈਟ ਥਿੰਗਸ ਡਨ ਇਨਸਟੈਂਟਲੀ ਅੱਜਕੱਲ ਕਹਿੰਦਾ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਚਾਹੁੰਦੇ ਨੇ ਵੀ ਜਿਹੜੀਆਂ ਚੀਜ਼ਾਂ ਨੇ ਨਾ ਉਹ ਐਵੇਂ ਇਨਸਟੈਂਟਲੀ ਹੋ ਜਾਣ ਨਾਲ ਦੀ ਨਾਲ ਚੁਟਕੀ ਮਾਰ ਕੇ ਸਰ ਅੰਗਰੇਜ਼ੀ ਸਿੱਖਣੀ ਹੈ ਸਰ ਬਿਲਕੁਲ ਤੁਹਾਡੇ ਵਰਗੀ ਸਰ ਪੰਜ ਦਿਨਾਂ ਚ ਹੋ ਜਾਊਗੀ ਸਰ ਕਿਉਂਕਿ ਕਾਲੀ ਬਹੁਤ ਹੈ ਨਾ ਇਨਸਟੈਂਟਲੀ ਬਸ ਸਰ ਵੀਜ਼ਾ ਲਵਾ ਦੋ ਸਰ ਛੇਤੀ ਛੇਤੀ ਕੈਨੇਡਾ ਮੈਨੂੰ ਡੀ ਕਰੇ ਸਰ ਕਿਉਂਕਿ ਲੋਕ ਕਾਲੀ ਬਹੁਤ ਕਰਦੇ ਨੇ ਅੱਜ ਕੱਲ ਕਵੈਸਚਨ ਕੀ ਹੈਗਾ ਕਹਿੰਦਾ ਵਾਈ ਇਜ਼ ਇਟ ਇਹ ਕਿਉਂ ਹੁੰਦਾ ਹੈ ਮਤਲਬ ਆਪਾਂ ਨੇ ਜਿਹੜਾ ਬਾਡੀ ਪੈਰਾਗ੍ਰਾਫ 1 ਹੈ ਨਾ ਉਹਦੇ ਚ ਆਪਾਂ ਨੇ ਇਹ ਮੈਂਸ਼ਨ ਕਰਨਾ ਹੈ ਵੀ ਲੋਕ ਕਾਲੀ ਕਿਉਂ ਕਰਦੇ ਆ ਦੂਜੇ ਪੈਰਾਗ੍ਰਾਫ ਦਾ ਕੀ ਕੁਐਸਚਨ ਹੈ ਡੂ ਯੂ ਥਿੰਕ ਇਟ ਇਜ਼ ਅ ਪੋਜ਼ਿਟਿਵ অর 네ਗਟਿਵ ਡਵੈਲਪਮੈਂਟ ਮਤਲਬ ਕੀ ਹੈਗਾ ਕਿ ਇਹ ਪੋਜ਼ਿਟਿਵ ਹੈ ਜਾਂ 네ਗਟਿਵ ਹੈ ਇਹ ਆਪਾਂ ਨੇ ਪੈਰਾਗ੍ਰਾਫ ਸੈਕੰਡ ਦੇ ਵਿੱਚ ਦੱਸਣਾ ਹੁਣ ਜੇ ਕੋਈ ਬੱਚਾ ਪੋਜ਼ਿਟਿਵ ਕਹੂਗਾ ਤਾਂ ਵੀ ਕੋਈ ਚੱਕਰ ਨਹੀਂ ਜੇ ਕੋਈ 네ਗਟਿਵ ਕਹੂਗਾ ਤਾਂ ਵੀ ਕੋਈ ਚੱਕਰ ਨਹੀਂ ਇਸ ਚੀਜ਼ ਦਾ ਬੈਂਡ ਸਕੋਰ ਨੂੰ ਵਧਨ ਘਟਨ ਤੇ ਕੋਈ ਅਸਰ ਨਹੀਂ ਹੈਗਾ ਗਵਰਨਰ ਸੁਣ ਲੋ ਲੋਕ ਚਾਹੁੰਦੇ ਨੇ ਕਿ ਹਰੇਕ ਚੀਜ਼ ਬਹੁਤ ਕਾਲੀ ਕਾਲੀ ਚ ਹੋ ਜੇ ਬਹੁਤ ਛੇਤੀ ਛੇਤੀ ਹੋ ਜੇ ਆਪਣਾ ਕੁਐਸਚਨ ਇਹ ਹੈ ਵਾਈ ਇਜ਼ ਇਟ ਇਹ ਹੁੰਦਾ ਕਿਉਂ ਹੈ ਆਪਾਂ ਪਹਿਲਾ ਬੋਡੀ ਪੈਰਾਗ੍ਰਾਫ ਚ ਦੱਸਾਂਗੇ ਵੀ ਹੁੰਦਾ ਕਿਉਂ ਹੈ ਤੇ ਬੋਡੀ 2 ਚ ਦੱਸਾਂਗੇ ਵੀ ਇਹ ਸਹੀ ਹੈ ਜਾਂ ਗਲਤ ਹੈ ਮਤਲਬ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਉਹੀ ਰੋਜ਼ ਦਾ ਕੰਮ ਕੀ ਹੋਏਗਾ ਇੰਟਰੋਡਕਸ਼ਨ ਬਣਾਉਣੀ ਤੁਹਾਨੂੰ ਆਉਣੀ ਚਾਹੀਦੀ ਹੈ ਐਗਜ਼ਾਮੀਨਰ ਤੁਹਾਡੀ ਇੰਟਰੋਡਕਸ਼ਨ ਤੋਂ ਬੜਾ ਇਮਪ੍ਰੈਸ ਹੋਏਗਾ ਤੇ ਇੰਟਰੋਡਕਸ਼ਨ ਦਾ ਮਤਲਬ ਮਾਈ ਡੀਅਰ ਦੇਖੋ ਕੀ ਹੋਏਗਾ ਲੁੱਕ ਇੰਟਰੋਡਕਸ਼ਨ ਕਹਿੰਦੀ ਆ ਇੱਥੇ ਤੋਂ ਲੈ ਕੇ ਇੱਥੇ ਤੱਕ ਜੋ ਲਿਖਿਆ ਇਹ ਰੀਫਰੇਜ਼ ਕਰਨਾ ਹੈ ਮਤਲਬ ਜੋ ਇਹਦਾ मीनिंग ਬਣਦਾ ਆ ਆ ਬਾਕਸ ਤੇ ਬਣੇਦਾ ਉਹੀ ਸੇਮ ਦਾ ਸੇਮ ਨੀਚੇ ਬਣ ਜੇ ਪਰ ਵਰਡਸ ਸਨਾਨੀਮ ਚ ਚੇਂਜ ਹੋ ਜਾਣ ਮੈਂ ਲਿਖਿਆ ਐਨ ਇਨਕਰੀਜ਼ਿੰਗ ਨੰਬਰ ਆਫ ਪੀਪਲ ਹੈਵ ਅ ਗ੍ਰੇਟ ਡਿਜ਼ਾਇਰ ਟੂ ਆਬਟੇਨ ਇਮੀਡੀਏਟ ਰਿਜ਼ਲਟਸ ਆਫ देयर ਐਫਰਟਸ ਇਨ ਟੁਡੇਜ਼ ਵਰਲਡ ਵਾਓ ਤੁਸੀਂ ਇੱਕ ਚੀਜ਼ ਦੇਖੋ ਨਾਓ ਅਡੇਸ ਅੱਜ ਕੱਲ ਟੁਡੇਜ਼ ਵਰਲਡ ਅੱਜ ਕੱਲ ਦੀ ਦੁਨੀਆ ਕਲੀਅਰ ਹੋ ਗਿਆ ਉਹ ਚਾਹੁੰਦੇ ਨੇ ਗੈਟ ਥਿੰਗਸ ਡਨ ਇਨਸਟੈਂਟਲੀ ਜਿਹੜੀਆਂ ਚੀਜ਼ਾਂ ਨੇ ਉਹ ਨਾਲ ਦੀ ਨਾਲ ਹੋ ਜਾਣ ਇਧਰ ਕੀ ਲਿਖਿਆ ਇਮੀਡੀਏਟ ਰਿਜ਼ਲਟਸ ਇਮੀਡੀਏਟ ਰਿਜ਼ਲਟਸ ਕਿਹੜੇ ਹੁੰਦੇ ਨੇ ਵੀ ਜਿਹੜੇ ਨਾਲ ਦੀ ਨਾਲ ਰਿਜ਼ਲਟ ਸામਨੇ ਆ ਜਾਣਾ ਠੀਕ ਹੈ ਉਰੇ ਦਿੱਤਾ ਹੋਇਆ ਮੋਰ ਐਂਡ ਮੋਰ ਮੈਂ ਲਿਖਤਾ ਐਨ ਇਨਕਰੀਜ਼ਿੰਗ ਨੰਬਰ ਆਫ ਪੀਪਲ ਮਤਲਬ ਕੀ ਹੋ ਗਿਆ ਕਿ ਅੱਜ ਕੱਲ ਜਿੰਨੇ ਮਤਲਬ ਲੋਕ ਵਧ ਰਹੇ ਆ ਆ ਕੰਮ ਕਰਨ ਦੇ ਲਈ ਪੀਪਲ ਨੂੰ ਮੈਨੇ ਪੀਪਲ ਲਿਖ ਲਿਆ ਮੈਂ ਇੰਡੀਵਿਜੂਅਲ ਵੀ ਲਿਖ ਸਕਦਾ ਸੀ ਕੋਈ ਇਸ਼ੂ ਨਹੀਂ ਸੀਗਾ ਤੁਸੀਂ ਗੌਰ ਨਾਲ ਦੇਖੋ ਜੋ ਇਹ ਰੈੱਡ ਬਾਕਸ ਦੇ ਵਿੱਚ ਹੈ ਉਹ ਸੇਮ ਇਹ ਰੈੱਡ ਚ ਹੈਗਾ ਥਿਸ ਇਜ਼ ਕਾਲਡ ਰੀਫਰੇਜ਼ਰ ਥੀਸਿਸ ਕੀ ਹੈ ਇਹ ਹੁੰਦਾ ਕਿਉਂ ਹੈ ਤੇ ਇਹ ਪੋਜੀਟਿਵ ਹੈ ਕਿ ਨੈਗੇਟਿਵ ਹੈ ਮੈਂ ਲਿਖਿਆ ਥੀਸਿਸ ਉਹ ਸ਼ੁਰੂ ਕਰੀ ਦਿਸ ਐਸੇ ਵੈਲ ਡਿਸਕਸ ਦ ਪ੍ਰੈਕਟੀਕਲ ਰੀਜਨਸ ਬਿਹਾਈਂਡ ਦਿਸ ਟੈਂਡੈਂਸੀ ਕਹਿੰਦਾ ਜਿਹੜਾ ਇਹ ਐਸੇ ਹੈ ਨਾ ਇਹ ਡਿਸਕਸ ਕਰੂਗਾ ਪ੍ਰੈਕਟੀਕਲ ਰੀਜਨ ਦਸੂਗਾ ਮੈਂ ਇਸ ਟੈਂਡੈਂਸੀ ਦੇ ਪਿੱਛੇ ਇਸ ਗੱਲਬਾਤ ਦੇ ਪਿੱਛੇ ਵੀ ਜਿਹੜੇ ਲੋਕ ਨੇ ਉਹ ਹਰੇਕ ਕੰਮ ਨੂੰ ਕਾਲੀ ਕਾਲੀ ਕਿਉਂ ਕਰਨਾ ਚਾਹੁੰਦੇ ਆ ਇਹ ਕਹਿੰਦਾ ਮੈਂ ਦੱਸੂਗਾ ਐਸ ਵੈਲ ਐਸ ਆਈ ਬਿਲੀਵ ਥੈਟ ਜਿੱਥੋਂ ਤੱਕ ਕਹਿੰਦਾ ਮੈਨੂੰ ਬਿਲੀਵ ਹੈ ਥਿਸ ਇਜ਼ ਆ ਡਿਸਟਰਕਟਿਵ ਡਿਵੈਲਪਮੈਂਟ ਵੈਰੀ ਗੁੱਡ ਡਿਸਟਰਕਟਿਵ ਹੁੰਦਾ ਹੈ 네ਗੇਟਿਵ ਕਹਿੰਦਾ ਜਿੱਥੇ ਤੱਕ ਮੈਨੂੰ ਲੱਗਦਾ ਹੈ ਇਹ ਡਿਸਟਰਕਟਿਵ ਹੈ ਜੇ ਕੋਈ ਬੰਦਾ ਕਾਲੀ ਕਰੂਗਾ ਨਾ ਤਾਂ ਇਹ 네ਗੇਟਿਵ ਹੀ ਹੈ ਜੇ ਤੁਸੀਂ ਡਿਸਟਰਕਟਿਵ ਦੀ ਜਗ੍ਹਾ ਤੇ ਪੋਜ਼ਿਟਿਵ ਦਾ ਕਰਨਾ ਹੁੰਦਾ ਤਾਂ ਕੰਸਟਰਕਟਿਵ ਸੀ ਓ n बाकी सारा सेम दा सेम है s t r u c t i v e कंस्ट्रक्टिव कंस्ट्रक्टिव की हुंदा है कि कोई चीज बहुत ज्यादा पॉजिटिव होवे डिस्ट्रक्टिव की हुंदा है कि कोई चीज बहुत ज्यादा नेगेटिव होवे इंट्रोडक्शन दा हाफ बैंड मिलदा हुंदा है आधा बैंड पर एदा फर्स्ट इंप्रेशन लास्ट इंप्रेशन है ना ਕਿ ਜੋ ਆਪਾਂ ਨੇ ਉੱਪਰ ਲਿਖਿਆ ਰੀਫਰੇਜ਼ ਰੀਫਰੇਜ਼ ਜਿਹਦਾ ਜਿਹਦਾ ਸਨਨਿਮ ਆਇਆ ਮੈਂ ਲਿਖਤਾ ਜਿਹਦਾ ਸਨਨਿਮ ਨਹੀਂ ਆਇਆ ਮੈਂ ਐਕੂਰੀਟੋ ਵੀ ਲਿਖਤਾ ਰਹੀ ਗੱਲ ਥੀਸਿਸ ਦੀ ਉਹਦੇ ਚ ਮੈਂ ਦੱਸਦਾ ਕਿ ਜਿਹੜਾ ਇਹ ਐਸਸੀ ਹੈਗਾ ਇਹ ਚ ਮੈਂ ਇੱਕ ਤਾਂ ਰੀਜ਼ਨ ਦਸੂਗਾ ਵੀ ਲੋਕ ਕਾਲੀ ਕਾਲੀ ਕਿਉਂ ਕੰਮ ਕਰਦੇ ਨੇ ਤੇ ਦੂਜੀ ਗੱਲ ਮੈਂ ਕੀ ਕਰੂੰਗਾ ਇਹ ਡਿਸਟਰਕਟਿਵ ਹੈ ਡਿਸਟਰਕਟਿਵ ਮਤਲਬ ਕਿ ਇਹ ਤਾਂ ਬਹੁਤ ਨੈਗੇਟਿਵ ਹੈਗਾ ਹੁਣ ਬਾਡੀ ਪੈਰਾਗ੍ਰਾਫ 1 ਗੱਲਾਂ ਕਿੰਨੀਆਂ ਲਿਖਦੇ ਹੁੰਨੇ ਆਪਾਂ 4 ਦਿਮਾਰਕ ਚ ਹੈਗੇ ਨੇ ਗਗਨਦੀਪ ਚਾਰ ਗੱਲਾਂ ਵੈਰੀ ਗੁੱਡ ਕਹਿਣ ਦਾ ਮਤਲਬ ਕੀ ਹੈ ਆਪ ਨੂੰ ਪਤਾ ਹੋਵੇ ਕਿ ਆਪਾਂ ਕੋਈ ਵੀ ਰਾਈਟਿੰਗ ਟਾਸਕ ਟੂ ਲਿਖਣੇ ਤੁਹਾਡੇ ਕੋਲੇ 4 ਸਟੈਪ ਹੋਣੇ ਚਾਹੀਦੇ ਨੇ ਜਿਹਦੇ ਕੋਲੇ 4 ਸਟੈਪ ਹੈਗੇ ਨੇ ਉਹ ਪੇਪਰ ਚੋਂ ਪਾਸ ਹੈ ਆਓ ਮੈਂ ਤੁਹਾਨੂੰ ਮੈਂਸ਼ਨ ਕਰਦਾ ਕਿ ਕਿਹੜੇ ਕਿਹੜੇ 4 ਸਟੈਪ ਤੇ ਮੈਂ ਕਿਵੇਂ-ਕਿਵੇਂ ਲਿਖਿਆ ਲੁੱਕ ਚਾਰ ਸਟੈਪ ਨੰਬਰ 1 ਨੰਬਰ 2 ਨੰਬਰ 3 ਨੰਬਰ 4 ਜਿਵੇਂ ਜਿਵੇਂ ਕਲਰ ਕਰ ਕਰਕੇ ਸਮਝਾਉਂਗਾ ਨਾ ਅੱਜ ਤੱਕ ਕਿਸੇ ਨੇ ਐਵੇਂ ਨਹੀਂ ਸਮਝਾਈ ਹੋਗੀ ਰਾਈਟਿੰਗ ਆਓ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਇੱਕ ਰੈੱਡ ਕਲਰ ਦੀ ਗੱਲ ਕਰਦੇ ਆ ਲਓ ਜੀ ਰੈੱਡ ਰੈੱਡ ਹੁੰਦਾ ਹੈ ਮੇਨ ਪੁਆਇੰਟ ਲੁੱਕ ਪਹਿਲਾ ਕਨੈਕਟਰ ਜਦੋਂ ਵੀ ਰਾਈਟਿੰਗ ਟਾਸਕ ਸ਼ੁਰੂ ਕਰਨਾ ਹੈ ਤਾਂ ਤੁਸੀਂ ਇਹ ਕਨੈਕਟਰ ਯੂਜ਼ ਕਰ ਲਓ ਟੂ బిਗਨ ਵਿਦ ਇਹਦਾ ਮਤਲਬ ਹੈ ਮੈਂ ਸ਼ੁਰੂਆਤ ਕਰਨ ਲੱਗਿਆ ਰਾਈਟਿੰਗ ਇੰਨੀ ਵਧੀਆ ਸਮਝਾਉਂਗਾ ਕਿ ਪੇਪਰ ਕਲੀਅਰ ਹੋ ਜਾਊਗਾ ਕਹਿੰਦਾ ਟੂ ਬੀਗਨ ਵਿਦ देयर ਆਰ ਨਿਊਮਰਸ ਕੌਜ਼ਸ ਵਾਈ ਪੀਪਲ ਆਰ ਮੋਰ ਲਾਈਕਲੀ ਟੂ ਡੂ ਟਾਸਕ ਐਜ਼ ਫਾਸਟ ਐਜ਼ ਪੋਸੀਬਲ ਕਹਿੰਦਾ ਬਹੁਤ ਸਾਰੇ ਕਾਰਨ ਨੇ ਵੀ ਲੋਕ ਚਾਹੁੰਦੇ ਨੇ ਵੀ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਛੇਤੀ ਤੋਂ ਛੇਤੀ ਹੋ ਜਾਣ ਦਾ ਰੂਟ ਆਫ ਦਾ ਕੌਜ਼ ਇਜ਼ ਦਾ ਐਵਰ ਰਾਈジング ਪ੍ਰੈਸ਼ਰ ਫਰੋਮ professionl life ਉਹ ਕਹਿੰਦਾ ਵੀ ਸਭ ਤੋਂ ਵੱਡਾ ਜਿਹੜਾ ਮੈਨੂੰ ਲੱਗਦਾ ਵੀ ਕਾਰਨ ਹੈ ਨਾ ਵੀ ਲੋਕ ਹਰੇਕ ਚੀਜ਼ ਨੂੰ ਕਾਲੀ ਕਾਲੀ ਕਰਨਾ ਚਾਹੁੰਦੇ ਨੇ ਉਹ ਕੀ ਹੈ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਪ੍ਰੋਫੈਸ਼ਨਲ ਲਾਈਫ ਦੇ ਉੱਤੇ ਮਤਲਬ ਕੀ ਹੋ ਗਿਆ ਕਿ ਮੈਨੇ ਮੇਨ ਪੁਆਇੰਟ ਰੈੱਡ ਕਲਰ ਦੇ ਵਿੱਚ ਮੈਂਸ਼ਨ ਕਰਤਾ ਕਿ ਜਿਹੜਾ ਲੋਕ ਕਾਲੀ ਚ ਕੰਮ ਕਰਨ ਨੂੰ ਕਹਿੰਦੇ ਨੇ ਉਹ ਕਾਰਨ ਤਾਂ ਹੈ ਕਿਉਂਕਿ ਉਹਨਾਂ ਦੇ ਉੱਤੇ ਹੋਰ ਕੰਪਨੀਆਂਜ਼ ਦਾ ਅੱਗੋਂ ਪ੍ਰੈਸ਼ਰ ਹੁੰਦਾ ਹੈ ਤਾਂ ਉਹਨਾਂ ਨੂੰ ਬਹੁਤ ਸਾਰੇ ਕੰਮ ਨੇ ਜਲਦੀ ਤੋਂ ਜਲਦੀ ਕਰਨੇ ਪੈਂਦੇ ਆ ਚਲੋ ਹੁਣ ਦੂਜੇ ਨੰਬਰ ਦੇ ਆਪਾਂ ਕਲਰ ਯੂਜ਼ ਕਰਦੇ ਆ ਮੈਂ yellow ਯੂਜ਼ ਕਰਦਾ yellow ਦਾ ਮਤਲਬ ਹੋ ਗਿਆ ਹੁਣ ਮੈਂ ਇਸ ਚੀਜ਼ ਨੂੰ ਐਕਸਪਲੇਨ ਕਰੂੰਗਾ ਐਕਸਪਲੇਨ ਕਰਨ ਦੇ ਲਈ ਮੈਨੇ ਕਨੈਕਟਰ ਯੂਜ਼ ਕੀਤਾ ਲੁੱਕ ਇਨ ਅਦਰ ਵਰਡਸ ਇਹ ਉਹ ਅਰਡਰ ਲਿਖ ਰਹੇ ਤੁਸੀਂ ਅਦਰ ਲਿਖਣਾ ਹੈ ਅਦਰ o t h e r in other words ਹੁਣ ਦੇਖੋ ਮੈਂ ਅਦਰ ਵਰਡਸ ਕੀ ਲਿਖਦਾ in this competitive era competitive era modern era ਜਿਹੜੀ ਚੱਲ ਰਹੀ ਹੈ era एवरीवन वांट टू कंपीट टू देयर काउंटर पार्ट्स बाय डूइंग वर्क फास्टली फॉर अर्निंग अ वास्ट अमाउंट ऑफ मनी इन लेस टाइम ਕਹਿੰਦਾ ਅੱਜ ਕੱਲ ਜਿਹੜੀ ਕੰਪੀਟੀਟਿਵ ਐਰਾ ਚੱਲ ਰਹੀ ਹੈ ਨਾ ਮਤਲਬ ਲੋਕਾਂ ਦੇ ਵਿੱਚ ਕੰਪੀਟੀਸ਼ਨ ਜਿਹੜਾ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਹੈ ਨਾ ਉਹ ਚ ਕੀ ਹੈਗਾ ਲੋਕ ਆਪਣੇ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਹਰਾਉਣਾ ਚਾਹੁੰਦੇ ਨੇ ਉਹਨਾਂ ਨੂੰ ਪਿੱਛੇ ਕੱਢਣਾ ਚਾਹੁੰਦੇ ਨੇ ਇਸ ਕਰਕੇ ਉਹ ਕੀ ਚਾਹੁੰਦੇ ਕਿ ਬਹੁਤ ਘੱਟ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਕਮਾਏ ਜਾਣ ਤਾਂ ਇਹ ਦੇ ਕਰਕੇ ਕੀ ਕਰਦੇ ਆ ਉਹ ਬਹੁਤ ਜ਼ਿਆਦਾ ਇਨਸੈਂਟਲੀ ਕੰਮ ਕਰਦੇ ਆ ਬਹੁਤ ਜ਼ਿਆਦਾ ਕਾਲੀ-ਕਾਲੀ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਦੇ ਆ ਮਤਲਬ ਰੈੱਡ ਦੇ ਵਿੱਚ ਮਨੇ ਕੀ ਮੈਂਸ਼ਨ ਕੀਤਾ ਮੇਨ ਪੁਆਇੰਟ yellow ਚ ਉਸ ਮੇਨ ਪੁਆਇੰਟ ਨੂੰ ਐਕਸਪਲੇਨ ਕਰਤਾ ਵੀ ਲੋਕ ਕਾਲੀ ਕਿਉਂ ਕਰਦੇ ਹੈਗੇ ਹੁਣ ਇਹਦੀ ਇੱਕ ਐਗਜ਼ਾਮਪਲ ਦਿੰਨਾ ਮੈਂ ਯੂਜ਼ ਕਰਿਆ orange ਕਲਰ ਚਲੋ एग्जांपल ਦਿੰਨੇ ਆਪਾਂ ਇਹਦੀ ਫॉर एग्जांपल ਤੇ एग्जांपल ਹਮੇਸ਼ਾ ਝੂਠੀ ਹੁੰਦੀ ਹੈ ਕੋਈ ਐਡੀ ਗੱਲਬਾਤ ਨਹੀਂ ਅ ਸਰਵੇ ਵਾਸ ਕੰਡਕਟਡ ਬਾਈ ਯੂਕੇ ਗਵਰਨਮੈਂਟ ਯੂਕੇ ਗਵਰਨਮੈਂਟ ਨੇ ਇੱਕ ਸਰਵੇ ਦੇਖਿਆ ਇਨ 2016 2016 ਦੇ ਵਿੱਚ ਫਾਊਂਡ ਥੈਟ ਕੀ ਲੱਭਿਆ ਉਹਨਾਂ ਨੇ 53% ਆਫ ਦਾ এমਪਲੋਇਜ਼ ਡਿਡ ਨਾਟ ਪ੍ਰਿਫਰ ਟੂ ਡੂ ਰੀਕ੍ਰੀਏਸ਼ਨਲ ਐਕਟੀਵਿਟੀਆਂ ਬਿਕਾਜ਼ ਆਫ देयर ਐਕਸਟਰਾ ਵਰਕ ਲੋਡ ਵਿਚ ਲੀਡਸ ਟੂ ਵੀਕਨ ਫੈਮਿਲੀ ਬੌਂਡਿੰਗਸ ਮਤਲਬ ਮੈਂ ਆਪਣੇ ਐਗਜ਼ਾਮਪਲ ਦਿੱਤੇ ਵੀ ਇੱਕ ਸਰਵੇ ਦੇਖਿਆ ਗਿਆ ਯੂਕੇ ਦੀ ਸਰਕਾਰ ਨੇ ਯੂਨਾਈਟਿਡ ਕਿੰਗਡਮ ਦੀ ਸਰਕਾਰ ਨੇ ਦੇਖਿਆ ਕਿ 53% ਜਿਹੜੇ ਉੱਥੋਂ ਦੇ ਕੰਮ ਕਰਨ ਵਾਲੇ ਸੀ ਨਾ ਜਿਹੜੇ EMPLOYEES ਸੀਗੇ ਉਹ ਰੀਕ੍ਰੀਏਸ਼ਨਲ ਐਕਟੀਵਿਟੀ ਚ ਉਹਨਾਂ ਨੇ ਭਾਗ ਨਹੀਂ ਲਿਆ ਰੀਕ੍ਰੀਏਸ਼ਨਲ ਐਕਟੀਵਿਟੀ پتہ ਕਿਹੜੀ ਹੁੰਦੀ ਹੈ ਜਿਹੜੀ ਤੁਹਾਡੇ ਮਾਈਂਡ ਨੂੰ ਰਿਲੈਕਸ ਕਰ ਦੇ ਬਲੋ ਉਹਨਾਂ ਦੇ ਬਸ ਕਲਾ ਕੰਮ ਕੰਮ ਨੂੰ ਦੱਬੀ ਗਏ ਕੰਮ ਕੰਮ ਨੂੰ ਦੱਬੀ ਗਏ ਰੀਕ੍ਰੀਏਸ਼ਨਲ ਐਕਟੀਵਿਟੀ ਚ ਗਈ ਨਹੀਂ ਹੈਗੇ ਉਹਨਾਂ ਦੇ ਕਿਉਂਕਿ ਉਹਨਾਂ ਨੂੰ ਐਕਸਟਰਾ ਲੋਡ ਸੀਗਾ ਛੇਤੀ ਅਮੀਰ ਹੋਣ ਦੀ ਕਾਲੀ ਕਾਲੀ ਚ ਅਮੀਰ ਹੋਣ ਦੀ ਉਹਨਾਂ ਦੇ ਅੰਦਰ ਲੱਗ ਰਹੀ ਸੀ ਅੱਗ ਲੱਗੀ ਹੋਈ ਸੀਗੀ ਤੇ ਇਹਦੇ ਨਾਲ ਕੀ ਕੀ ਹੋਇਆ ਨਾਲ ਤਾਂ ਉਹਨਾਂ ਦੇ ਪਰਿਵਾਰ ਦੀ ਜਿਹੜੀ ਬੌਂਡਿੰਗ ਹੈ ਉਹ ਵੀ ਕਮਜ਼ੋਰ ਹੁੰਦੀ ਗਈ ਇਹਦਾ ਰਿਜ਼ਲਟ ਕੀ ਨਿਕਲੂਗਾ ਇਸ ਗੱਲ ਦਾ ਰਿਜ਼ਲਟ ਆਪਾਂ ਬਲੂ ਕਲਰ ਚ ਕੱਢ ਦੇਾਂਗੇ ਚੌਥਾ ਕਲਰ ਬਲੂ ਹੈ ਤੇ ਲਾਸਟ ਦੇ ਕਨੈਕਟਰ ਕਿਹੜਾ ਯੂਜ਼ ਕੀਤਾ ਮੈਂ ਲਿਖਿਆ this evidence proves it jehda eh evidence hai eh key prove karda hai the rat race wow kena sona word hai rat race honda hai ke log bas ikko disha ch bhaggi jaan hai na jehdi rat race hai in which they are running jehde bhaj raheya becomes a cause of their willingness towards the instant result of their work matlab ki ho gaya ke jehdi eh rat race hai ਇਦੇ ਵਿੱਚ ਲੋਕਾਂ ਦੀਆਂ ਅੰਦਰ ਦੀਆਂ ਇਛਾਵਾਂ ਖਤਮ ਹੋ ਗਈਆਂ ਬਸ ਉਹ ਕੱਲੇ ਕੰਮ ਕੰਮ ਦੇ ਪਿੱਛੇ ਭਜਰੇ ਨੇਗੇ ਤੁਸੀਂ ਇਹ ਦੇਖੋ ਮੈਂ ਚਾਰ ਕਲਰ ਯੂਜ਼ ਕੀਤੇ ਮਾਈ ਡੀਅਰ ਸਟੂਡੈਂਟ ਪਹਿਲਾ ਕਲਰ ਰੈੱਡ ਦੂਜਾ yellow ਤੀਜਾ orange ਚੌਥਾ blue ਮਤਲਬ ਕੀ ਹੈ ਪਹਿਲਾ ਕਨੈਕਟਰ ਕਿਹੜਾ ਸੀ ਟੂ బిਗਨ ਵਿਦ ਮੇਨ ਸ਼ੁਰੂ ਕਰਿਆ ਟੌਪਿਕ ਟੂ బిਗਨ ਵਿਦ ਤੋਂ ਇਨ ਅਦਰ ਵਰਡਸ ਤੋਂ ਮੈਂ ਇਹਨੂੰ ਐਕਸਪਲੇਨ ਕਰਿਆ ਫੋਰ ਐਗਜ਼ਾਮਪਲ ਤੋਂ ਮੈਨੇ ਉਹਦੀ ਇੱਕ ਐਗਜ਼ਾਮਪਲ ਦਿੱਤੀ ਤੇ ਦਿਸ ਐਵੀਡੈਂਸ ਪ੍ਰੂਵਜ਼ ਇਟ ਦਾ ਐਵੀਡੈਂਸ ਜਿਹੜਾ ਉਹ ਕੀ ਪ੍ਰੂਵ ਕਰਦਾ ਆਪਾਂ ਨੇ ਇਹ ਦੱਸਦਾ ਕਿ ਲੋਕ ਆਪਣੇ ਮਤਲਬ ਕੀ ਹੈਗਾ ਕਿ ਰੈਟਰੀ ਇਸ ਦੇ ਪਿੱਛੇ ਪਏ ਹੋਏ ਨੇਗੇ ਤੇ ਆਪਣੀਆਂ ਜਿਹੜੀਆਂ ਐਕਟੀਵिटीज ਨੇਗੀਆਂ ਉਹ ਖਤਮੇ ਕਰਤੀਆਂ ਰੀਕ੍ਰੀਏਸ਼ਨਲ ਐਕਟੀਵਿਟੀ ਚ ਉਹਨਾਂ ਦਾ ਧਿਆਨ ਹੀ ਨਹੀਂ ਹੈਗਾ ਮਤਲਬ ਕੀ ਹੋ ਗਿਆ ਕਿ ਚਾਰ ਕਲਰ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਮੇਨ ਪੁਆਇੰਟ ਪਤਾ ਹੋਵੇ ਐਕਸਪਲੇਨ ਐਗਜ਼ਾਮਪਲ ਤੇ ਰਿਜ਼ਲਟ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਸ਼ੁਰੂ ਕਿਵੇਂ ਕਰਨਾ ਹੈ ਐਕਸਪਲੇਨ ਕਿਵੇਂ ਕਰਨਾ ਹੈ ਐਗਜ਼ਾਮਪਲ ਕਿਵੇਂ ਦੇਣੀ ਹੈ ਤੇ ਉਹਦਾ ਰਿਜ਼ਲਟ ਕਿਵੇਂ ਕੱਢਣਾ ਹੈ ਤੇ ਅਸਲੀਅਤ ਮਾਈ ਡੀਅਰ ਤੁਹਾਨੂੰ ਇਹ ਵੀ ਕਲੀਅਰ ਹੋਣਾ ਚਾਹੀਦਾ ਹੈਗਾ ਕਿ ਜਦੋਂ ਤੁਸੀਂ ਪੇਪਰ ਦੇ ਵਿੱਚ ਬੈਠੋਗੇ ਕਰਨ ਨਾ ਹਰੇਕ ਬੱਚਾ ਆਪੋ ਆਪਣਾ ਲਿਖ ਕੇ ਆਊਗਾ ਹਰੇਕ ਬੱਚਾ ਆਪੋ ਆਪਣਾ ਬਸ ਇਹ ਗੱਲ ਦਿਮਾਗ 'ਚ ਰੱਖਿਓ ਕਿ ਤੁਹਾਡੇ ਸਟੈਪ ਬਾਈ ਸਟੈਪ ਸਾਰਿਆਂ ਦੇ ਸੇਮ ਹੋਣੇ ਚਾਹੀਦੇ ਨੇ ਮਤਲਬ ਕਨੈਕਟਰ ਸਾਰੇ ਦੇ ਲਗਭਗ ਸੇਮ ਹੋਣਗੇ ਅੰਦਰ ਦਾ ਮਟੀਰੀਅਲ ਸਾਰਿਆਂ ਦਾ ਆਪੋ ਆਪਣਾ ਵੱਖੋ ਵੱਖਰਾ ਹੋਏਗਾ ਹੁਣ ਬੋਡੀ ਪੈਰਾਗ੍ਰਾਫ 2 ਆਪਨੇ ਬਣਾਉਣੇਗਾ ਜੀ ਚ ਆਪਾਂ ਥੀਸਿਸ ਕੀ ਦੱਸ ਕੇ ਆਇਆ ਵੀ ਕਾਲੀ ਕਾਲੀ ਕੰਮ ਕਰਨਾ ਤਾਂ ਇਹ ਇੱਕ ਡਿਸਟਰਕਟਿਵ ਹੈ ਮਤਲਬ ਬਹੁਤ ਬੁਰੀ ਗੱਲ ਹੈ ਜਿਹੜੇ ਬੰਦੇ ਕਾਲੀ ਕਾਲੀ ਕੰਮ ਕਰਦੇ ਆ ਇਹ ਬੁਰੀ ਗੱਲ ਹੈ ਆਓ ਆਪਾਂ ਵੇਖੀਏ ਕਿਵੇਂ ਆ ਕਨੈਕਟਰ ਦੇਖੋ ਕੀ ਕੀ ਆ ਚਾਰ ਗੱਲਾਂ ਇਹ ਚ ਵੀ ਚਾਰੇ ਚਾਹੀਦੀਆਂ ਨੇ ਸਤ ਜੀ ਦੇਖੋ ਚਾਰ ਗੱਲਾਂ ਆਪਾਂ ਕੀ ਮੈਂਸ਼ਨ ਕਰਾਂਗੇ ਲਓ ਜੀ ਮੈਂ ਇਥੇ ਪੁਆਇੰਟ ਮੈਂਸ਼ਨ ਕਰ ਦਣਾ ਦੇਖੋ 1 2 3 4 ਜਿਹੜੇ ਜਿਹੜੇ ਕਲਰ ਨੂੰ ਮੈਂ ਹਿੱਟ ਕਰੀ ਚੱਲੂਗਾ ਤੁਹਾਨੂੰ ਸਾਹਮਣੇ ਆਈ ਚੱਲੂਗਾ ਮੰਨ ਲਓ ਰੈੱਡ ਆਪਾਂ ਰੈੱਡ ਦੀ ਗੱਲ ਕਰਦੇ ਆ ਰੈੱਡ ਮਤਲਬ ਮੇਨ ਪੁਆਇੰਟ ਫਰਦਰ ਮੋਰ ਆਪਾਂ ਕਿਉਂਕਿ ਹੁਣ ਸੇਮ ਉਹੀ ਗੱਲ ਨੂੰ ਅੱਗੇ ਲੈ ਕੇ ਜਾ ਰਹੇ ਆ देयर ਆਰ ਮਲਟੀਫੇਰੀਅਸ ਐਡਵਰਸ ਇਫੈਕਟਸ ਜਿਹੜੇ ਐਡਵਰਸ ਇਫੈਕਟਸ ਨੇ ਇਹ ਉਹਨੇ ਬਹੁਤ ਜਾਦੇ ਮਾੜੇ ਪ੍ਰਭਾਵ ਕਹਿੰਦਾ ਮਲਟੀਫੇਰੀਅਸ ਉਹਨੇ ਬਹੁਤ ਜਾਦੇ ਕਹਿੰਦਾ ਇਹ ਮਲਟੀਫੇਰੀਅਸ ਐਡਵਰਸ ਇਫੈਕਟਸ ਨੇ ਆਫ ਦਿਸ ਅਪਰੋਚ ਔਨ ਪੀਪਲਜ਼ ਲਾਈਵਜ਼ ਲੋਕਾਂ ਦੀ ਜ਼ਿੰਦਗੀ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਜੇ ਲੋਕ ਬੜੀ ਕਾਲੀ ਕਾਲੀ ਕਿਸੇ ਕੰਮ ਨੂੰ ਕਰਦੇ ਨੇਗੇ ਦਾ ਪ੍ਰੀਡੋਮੀਨੈਂਟ ਪ੍ਰੀਡੋਮੀਨੈਂਟ ਹੁੰਦਾ ਇੰਪੋਰਟੈਂਟ ਵਨ ਇਜ਼ 댓 ਕੀ ਹੈ ਕੁਇਕ ਟਾਸਕਸ ਆਲਵੇਜ਼ ਡਿਕਲਾਈਨ ਕੁਆਲਿਟੀ ਆਫ ਪਰਫਾਰਮੈਂਸ ਜਿਹੜੇ ਲੋਕ ਕੁਇਕ ਟਾਸਕ ਕਰਦੇ ਨੇ ਬਹੁਤ ਕਾਲੀ ਕਾਲੀ ਟਾਸਕ ਕਰਦੇ ਨੇਗੇ ਤਾਂ ਸਭ ਤੋਂ ਮਾੜਾ ਕੀ ਹੁੰਦਾ ਹੈ ਕਿ ਉਹਨਾਂ ਦੀ ਨਾ ਪਰਫਾਰਮੈਂਸ ਦੀ ਕੁਆਲਿਟੀ ਵਧੀਆ ਨਹੀਂ ਰਹਿੰਦੀ ਹੈਗੀ ਕੁਆਲਿਟੀ ਵਧੀਆ ਨਹੀਂ ਰਹਿੰਦੀ ਦਾ ਮਤਲਬ ਪਤਾ ਕੀ ਹੈਗਾ ਕਿ ਬਸ ਉਹ ਐਵੇਂ ਲੀਪਾ ਪੋਚਾ ਜਾ ਕਰਕੇ ਚੱਲ ਜਾਂਦੇ ਨੇ ਤਾਂ ਵਧੀਆ ਤਰੀਕੇ ਨਾਲ ਪਰਫਾਰਮੈਂਸ ਨਹੀਂ ਕਰ ਪਾਉਂਦੇ ਕਿਉਂਕਿ ਜੇ ਕਾਲੀ ਕਾਲੀ ਕੰਮ ਕਰੋਗੇ ਤਾਂ ਇਹ 네ਗੇਟਿਵ ਹੈ ਕਿਸੇ ਵੀ ਕੰਮ ਨੂੰ ਆਰਾਮ ਨਾਲ ਕਰੋ ਤਾਂ ਉਹ ਵਧੀਆ ਹੋਊਗਾ ਹਨਾ ਤਾਂ ਹੁਣ ਆਪਾਂ ਕੀ ਕਰਦੇ ਇਹਨੂੰ ਚਲੋ ਐਕਸਪਲੇਨ ਕਰਦੇ ਵੀ ਮੈਂ ਕਹਿਣਾ ਕੀ ਚਾਹੁੰਨਾ ਕੁਆਲਿਟੀ ਦਾ ਬਲੂ ਕਲਰ ਨੂੰ ਚੂਜ਼ ਕੀਤਾ ਆਪਾਂ ਨੇ ਕਨੈਕਟਰ ਕਿਹੜਾ ਯੂਜ਼ ਕੀਤਾ ਟੂ ਐਕਸਪਲੀਕੇਟ ਇਟ ਯਾਦ ਰੱਖਿਓ ਸਾਰੀ ਗੇਮ ਇਹ ਕਨੈਕਟਰਾਂ ਦੀ ਹੈ ਜੇ ਤੁਹਾਨੂੰ ਕਨੈਕਟਰ ਆਉਂਦੇ ਆ ਤੁਸੀਂ ਪੇਪਰ 'ਚੋਂ ਪਾਸ ਹੋ ਜੇ ਕਨੈਕਟਰ ਨਹੀਂ ਆਉਂਦੇ ਤੁਸੀਂ ਫੇਲ ਹੋ ਜਾਓਗੇ ਮੈਂ ਲਿਖਿਆ ਇਫ ਅ ਪਰਸਨ ਇਜ਼ ਡੂਇੰਗ ਵਰਕ ਇਨ ਹਰੀ ਜੇ ਕੋਈ ਬੰਦਾ ਬਹੁਤ ਕਾਲੀ 'ਚ ਕੰਮ ਕਰਦਾ then definitely one cannot concentrate properly on the work due to the time pressure that definitely je koi banda bahut kaali kaali ch kamm karda hai hari ch kamm kar rahega ta definitely oda concentrate kamm te nahi huga kyunki oda time da pressure hai jehda oh bahut zyada ode sir te pauga hun apni do gallan hogiyan ਨੇਗੇਟਿਵ ਦੱਸਤਾ ਹੁਣ ਇਹ ਨਹੀਂ ਹੈਗਾ ਵੀ ਸਹੀ ਗੱਲ ਹੈ ਸਰ ਅੱਗੇ ਤੋਂ ਨਾ ਰੀਡਿੰਗ ਹੈ ਨਾ ਘਟੋ ਘਟਾ 4-5 ਘੰਟਿਆਂ 'ਚ ਕਰਿਆ ਕਰਾਂਗੇ ਤਾਂ ਹੀ ਤਾਂ ਸਰ ਸਾਡੀ ਕੁਆਲਿਟੀ ਨਹੀਂ ਬਣਦੀ ਹੈਗੀ ਅਸੀਂ ਕਾਲੀ-ਕਾਲੀ 'ਚ ਕਰਦੇ ਨਾ ਥਿੰਗਸ ਜਿਹੜੀਆਂ ਅਸੀਂ ਹੈ ਇਨਸਟੈਂਟਲੀ ਭਾਲਦੇ ਹਾਂ ਨਾ ਘੱਟੋ-ਘੱਟ ਸਾਨੂੰ 2-4 ਘੰਟੇ ਦਿਆ ਕਰੋ ਰੀਡਿੰਗ ਤੇ ਤਾਂ ਹੀ ਤਾਂ ਸਰ ਸਾਡੀ ਕੁਆਲਿਟੀ ਨਹੀਂ ਬਣਦੀ ਰੀਡਿੰਗ ਦੀ ਹੈ ਨਾ 40 ਕੁਐਸਚਨ ਅਸੀਂ 40 ਘੰਟਿਆਂ 'ਚ ਕਰਿਆ ਕਰਾਂਗੇ ਸਰ RAM ਨਾਲ ਫਿਰ ਦੇਖਿਓ ਨਾ ਪੋਜ਼ਿਟਿਵ ਹੁੰਦਾ ਸਾਰਾ ਕੁਝ ਐਵੇਂ ਨਹੀਂ ਹੁੰਦਾ ਪੁੱਤਰ ਜੀ ਚਲੋ 3 ਨੰਬਰ ਦੇ ਆਪਾਂ ਕੀ ਦਿੰਨੇ ਇਹਦੀ ਹੋਣਾ एग्जांपल ਫॉर ਇਨਸਟੈਂਸ ਕੀ एग्जांपल ਹੈ ਦੇਖੋ ਐਨ ਐਗਜ਼ਾਮੀਨੇਸ਼ਨ ਵਾਸ ਹੈਲਡ ਇਨ ਇੰਡੀਆ ਇੱਕ ਪੇਪਰ ਲਿਆ ਗਿਆ ਇੰਡੀਆ ਦੇ ਵਿੱਚ 2016 ਨੂੰ ਫਾਊਂਡ ਥੈਟ ਉਹਨਾਂ ਨੇ ਕੀ ਲੱਭਿਆ ਮੇਰਲੀ 20% ਆਫ ਦਾ ਸਟੂਡੈਂਟਸ 20% ਸਟੂਡੈਂਟ ਕਰੈਕਟਡ 댓 ਪਾਰਟिकुलर ਐਗਜ਼ਾਮ ਡਿਊ ਟੂ ਟਾਈਮ ਲਿਮਿਟੇਸ਼ਨਸ ਅਲੋਂਗ ਵਿਦ ਦਾ ਕੰਪਲੈਕਸਿਟੀ ਆਫ ਟਾਸਕ ਵਿਚ ਹੈਡ ਡ੍ਰੌਪਡ देयर ਪਰਫਾਰਮੈਂਸ ਮਤਲਬ ਇੰਡੀਆ ਦੇ ਵਿੱਚ 2016 ਦੇ ਵਿੱਚ ਇੱਕ ਟੈਸਟ ਲਿਆ ਗਿਆ ਯਕੀਨ ਕਰੋ ਕਹਿੰਦਾ ਬਸ 20% ਲੋਕ ਇਹ ਪਾਸ ਹੋਏ ਬਾਕੀ ਕੋਈ ਨਹੀਂ ਪਾਸ ਹੋਇਆ ਕਿਉਂਕਿ ਕੀ ਸੀਗਾ ਨੰਬਰ 1 ਤੇ ਉਹਨਾਂ ਦੇ ਇੱਕ ਟਾਈਮ ਦੀ ਲਿਮਿਟੇਸ਼ਨ ਬਹੁਤ ਸੀਗੀ ਉਹਨਾਂ ਦੇ ਸਿਰ ਤੇ ਪ੍ਰੈਸ਼ਰ ਬਹੁਤ ਸੀ ਟਾਈਮ ਦਾ ਤੇ ਦੂਜੀ ਗੱਲ ਕੀ ਸੀ ਮਾਈ ਡੀਅਰ ਕਿ ਉਹ ਕੰਪਲੈਕਸਿਟੀ ਸੀ ਉਹ ਔਖਾ ਵੀ ਸੀਗਾ ਤੇ ਉਹਨਾਂ ਨੇ ਕਰਨਾ ਵੀ ਕਾਲੀ ਕਾਲੀ ਚ ਸੀਗਾ ਤੇ ਜਿਹੜੇ ਜਿਹੜੇ ਕੰਮ ਆਪਾਂ ਕਾਲੀ ਚ ਕਰਦੇ ਹੁੰਨੇ ਆ ਪਰਫਾਰਮੈਂਸ ਜਿਹੜੀ ਉਹ ਡਾਊਨ ਹੋਏ ਜਾਂਦੀ ਹੈ ਲਓ ਜੀ ਇਹਦਾ ਰਿਜ਼ਲਟ ਕੀ ਨਿਕਲੂਗਾ ਇਸ ਗੱਲ ਦਾ ਲਾਸਟ ਹੈਂਸ ਇਟ ਇਜ਼ ਕੁਆਇਟ ਕਲੀਅਰ ਥੈਟ ਕੀ ਕਲੀਅਰ ਹੈਗਾ ਵਰਕਿੰਗ ਇਨ ਅ ਕੁਇਕ ਮੈਨਰ ਹੈਜ਼ ਅ ਡੈਲੀਟਰਿਸ਼ੀਅਸ ਇੰਪੈਕਟ ਔਨ ਪੀਪਲਜ਼ ਪਰਫਾਰਮੈਂਸ ਡੈਲੀਟਰਿਸ਼ੀਅਨ ਇੰਪੈਕਟ ਕਿਹਦੇ ਨੇ ਮਾੜੇ ਪ੍ਰਭਾਵ ਕਹਿੰਦਾ ਇਹ ਗੱਲ ਬੜੀ ਕਲੀਅਰ ਹੈਗਾ ਜੇ ਕੋਈ ਬੰਦਾ ਬਹੁਤ ਕਾਲੀ ਕਾਲੀ ਚ ਕੰਮ ਕਰੂਗਾ ਤਾਂ ਉਹਦੇ ਮਾੜੇ ਪ੍ਰਭਾਵ ਨੇ ਜਿਹੜੇ ਉਹ ਪੈਣਗੇ ਹੀ ਪੈਣਗੇ ਤੁਸੀਂ ਇਹ ਗੱਲ ਨੂੰ ਨੋਟ ਰੱਖੋ ਕਿ ਆਪਣੇ ਬੋਡੀ ਪੈਰਾਗ੍ਰਾਫ 1 ਚ ਦੱਸਤਾ ਸੀ ਲੋਕ ਕਾਲੀ ਕਿਉਂ ਕਰਦੇ ਨੇ ਕਿਉਂਕਿ ਕੰਪੀਟੀਸ਼ਨ ਹੈ ਉਹਨਾਂ ਨੂੰ ਹੁੰਦਾ ਵੀ ਸਾਡੀ ਕੰਪਨੀ ਪਹਿਲਾਂ ਕਰੇ ਜਾਂ ਅਸੀਂ ਪਹਿਲਾਂ ਕਰੀਏ ਨੇਗੇਟਿਵ ਕੀ ਹੈ ਆਪਣੇ ਨੇਗੇਟਿਵ ਦੱਸਦਾ ਵੀ ਜਦੋਂ ਕੋਈ ਬੰਦਾ ਕਾਲੀ ਕਾਲੀ ਚ ਕੰਮ ਕਰਦਾ ਤਾਂ ਉਹਦੀ ਕੁਆਲਿਟੀ ਹੈ ਜਿਹੜੀ ਉਹ ਵਧੀਆ ਨਹੀਂ ਰਹਿੰਦੀ ਤੁਹਾਨੂੰ ਇੱਕ ਗੱਲ ਦੱਸਾਂ ਬੜੀ ਵਧੀਆ ਕਹਿੰਦਾ ਵੈਨ ਦਾ ਕੁਆਂਟੀਟੀ ਇਨਕਰੀਜ਼ ਦਾ ਕੁਆਲਿਟੀ ਡਿਕਰੀਜ਼ ਸਮਝ ਰਹੇ ਮੇਰੀ ਗੱਲ ਕਹਿੰਦਾ ਜਦੋਂ ਕੁਆਂਟੀਟੀ ਹੈ ਨਾ ਉਹ ਵੱਧ ਜਾਂਦੀ ਹੈ ਨਾ ਤਾਂ ਕੁਆਲਿਟੀ ਹੈ ਉਹ ਡਿਕਰੀਜ਼ ਹੋਣੀ ਸ਼ੁਰੂ ਹੋ ਜਾਂਦੀ ਹੁੰਦੀ ਹੈ ਇੱਕ ਬੰਦਾ ਇੱਕ ਕੁਲਚੇ ਬਣਾਵੇ ਇੱਕ ਕੁਲਚਾ ਉਹ ਮੱਖਣ ਕਿਉਂ ਮੈਮ ਲਾ ਕੇ ਵਿੱਚ ਪਨੀਰ ਪਾ ਕੇ ਹੈ ਉਹੋ ਜੀਵੰਦਰ ਕਰੋ ਰਾਜਵਿੰਦਰ ਮੈਮ ਜੀਵੰਦਰ ਕਰੋ ਉਹ ਕੁਲਚੇ ਦੇ ਨਾਮ ਨੂੰ ਹੈ ਵੈਰੀ ਗੁੱਡ ਨਾਲ ਦੀ ਨਾਲ ਲੱਗ ਰਹੀ ਨਿਕਲ ਤਾਂ ਕਹਿਣ ਦਾ ਮਤਲਬ ਕੀ ਹੈਗਾ ਜਦੋਂ ਕੁਆਂਟੀਟੀ ਵੱਧ ਜਾਂਦੀ ਹੈ ਤਾਂ ਕੁਆਲਿਟੀ ਏਜੜੀ ਉਹ ਡਿਕਰੀਸ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਮਾਈ ਡੀਅਰ ਸਟੂਡੈਂਟ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈਗਾ ਕਿ ਜਦੋਂ ਕਾਲੀ ਕਾਲੀ ਚ ਕੋਈ ਬੰਦਾ ਕੰਮ ਕਰਦਾ ਹੈ ਤਾਂ ਉਹ ਵਧੀਆ ਨਹੀਂ ਹੁੰਦਾ ਆਪਾਂ ਨੇ ਇਹ ਵੀ ਦੱਸਦਾ 네ਗੇਟਿਵ ਇਮਪੈਕਟ ਕਿਉਂ ਹੈ ਕਿਉਂਕਿ ਉਹਦੀ ਕੁਆਲਿਟੀ ਨਹੀਂ ਬਣਦੀ ਬਾਡੀ ਪੈਰਾਗ੍ਰਾਫ 1 ਚ ਆਪਾਂ ਇਹ ਦੱਸਣਾ ਜੀ ਵਾਈ ਲੋਕ ਕਾਲੀ ਚ ਕੰਮ ਕਿਉਂ ਕਰਦੇ ਨੇ ਮੈਂ ਦੱਸਦਾ ਵੀ ਕੰਪੀਟੀਸ਼ਨ ਹੈ ਹਰੇਕ ਨੂੰ ਹੈ ਕਿਤੇ ਮੈਂ ਪਿੱਛੇ ਰਹਿ ਜਾ ਤਾਂ ਉਹ ਕਾਲੀ ਚ ਕੰਮ ਕਰਦੇ ਨੇ ਉਹ ਕਹਿੰਦਾ ਵੀ ਠੀਕ ਹੈ ਮੈਂ ਸਮਝ ਗਿਆ ਬਾਡੀ ਪੈਰਾਗ੍ਰਾਫ 2 ਚ ਕਹਿੰਦਾ ਕਾਲੀ ਚ ਕੰਮ ਕਰਨ ਵਾਲੇ ਇਹ ਸਹੀ ਹੈ ਜਾਂ ਗਲਤ ਹੈ ਮੈਂ ਕਹਿੰਦਾ ਨਾ ਨਾ ਗਲਤ ਹੈ ਜੀ ਗਲਤ ਹੈ ਉਹ ਕਹਿੰਦੇ ਦੱਸ ਕਿਉਂ ਗਲਤ ਹੈ ਮੈਂ ਕਹਿੰਦਾ ਜੀ ਜਦੋਂ ਕੋਈ ਬੰਦਾ ਕਾਲੀ ਚ ਕੰਮ ਕਰੂਗਾ ਤਾਂ ਡੈਫੀਨਿਟਲੀ ਜਿਹੜੀ ਉਹਦੀ ਕੁਆਲਿਟੀ ਹੈ ਨਾ ਉਹ ਕਨਸੈਂਟਰੇਟ ਨਹੀਂ ਕਰ ਪਾਊਗਾ ਤੇ ਉਹ ਕੰਮ ਨੂੰ ਵਧੀਆ ਤਰੀਕੇ ਨਾਲ ਨਿਪਰੇ ਨਹੀਂ ਝਾੜ ਪਾਊਗਾ ਹਨਾ ਤਾਂ ਹੁਣ ਇਹਦਾ ਕਨਕਲੂਜਨ ਕੀ ਨਿਕਲ ਦੇਗਾ ਤਾਂ ਕਨਕਲੂਜਨ ਆਪਾਂ ਦੱਸਾਂਗੇ ਇਨ ਕਨਕਲੂਜਨ ਮੈਂ ਲਿਖਿਆ ਇਨ ਕਨਕਲੂਜਨ ਇਟ ਇਜ਼ ਕਲੀਅਰ ਥੈਟ ਕੀ ਕਲੀਅਰ ਹੈ ਓਇੰਗ ਟੂ ਇਹਦਾ ਮਤਲਬ ਉਹਨੇ ਡਿਊ ਟੂ ਗਰੋਇੰਗ ਬਰਡਨ ਆਫ ਲਿਊਕ੍ਰੀਟਿਵ ਜੌਬਸ ਲਿਊਕ੍ਰੀਟਿਵ ਜੌਬਸ ਹੁੰਦੀਆਂ ਨੇ ਜਿਹੜੀਆਂ ਅਟਰੈਕਟ ਕਰਦੀਆਂ ਨੇ ਬੰਦਿਆਂ ਨੂੰ ਫੋਰਸ ਪੀਪਲ ਟੂ ਡੂ ਥਿੰਗਸ ਐਟ ਅ ਫਾਸਟ ਕਹਿੰਦਾ ਫਾਸਟ ਪੀਸ ਜਿਹੜੀਆਂ ਆ ਪੈਸੇ ਵਾਲੀਆਂ ਜੋਬ ਹੁੰਦੀਆਂ ਨੇ ਲਿਊਕਰੇਟਿਵ ਜਿਹੜੀਆਂ ਲਾਲਚ ਦਿੰਦੀਆਂ ਨੇ ਨੌਕਰੀਆਂ ਬੰਦੇ ਨੂੰ ਕਹਿੰਦਾ ਉਹ ਬੰਦੇ ਤੋਂ ਬਹੁਤ ਤੇਜ਼ੀ ਨਾਲ ਕੰਮ ਕਰਾਉਂਦੇ ਨੇ ਤੇ ਉਹਦੇ ਸਿਰ ਤੇ ਬਰਡਨ ਬਹੁਤ ਜ਼ਿਆਦਾ ਹੁੰਦਾ ਹੈਗਾ ਅਲੋਂਗ ਵਿਦ ਆਈ ਬਿਲੀਵ ਥੈਟ ਕਹਿੰਦਾ ਇਹਦੇ ਨਾਲ ਮੈਂ ਕੀ ਯਕੀਨ ਕਰਦਾ ਇਟ ਆਲਸੋ ਅਫੈਕਟਸ ਬੈਡਲੀ ਔਨ देयर ਟਾਸਕ ਰਿਸਪੌਂਸ ਤਾਂ ਕਹਿੰਦਾ ਇਹਦਾ ਜਿਹੜਾ ਉਹਨਾਂ ਦੇ ਕੰਮ ਤੇ ਨਾ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਹੀ ਪੈਂਦਾ ਹੈ ਤੁਸੀਂ ਇਹ ਚੀਜ਼ ਨੂੰ ਨੋਟ ਕਰਕੇ ਦੇਖੋ ਮਾਈ ਡੀਅਰ ਮੈਂ ਤੁਹਾਨੂੰ ਇੱਕ ਓਵਰਆਲ ਦੱਸਣਾ ਰਾਈਟਿੰਗ ਦਾ ਓਵਰਆਲ ਇਹ ਸੀਗਾ ਇੰਟਰੋਡਕਸ਼ਨ ਬਣਾਈ ਹੈ ਆਪਾਂ ਨੇ ਦੋ ਚੀਜ਼ਾਂ ਦੀ ਦੋ ਚੀਜ਼ਾਂ ਦੀ ਕਿਹੜੀ ਕਿਹੜੀ ਰੀਫਰੇਜ਼ ਅਤੇ ਥੀਸਿਸ ਰੀਫਰੇਜ਼ ਦੇ ਵਿੱਚ ਆਪਾਂ ਸਨਾਨੀਮ ਚ ਲਿਖਦੇ ਹੁੰਦੇ ਆ ਜੋ ਉੱਪਰ ਦਿੱਤਾ ਹੁੰਦਾ ਤੇ ਥੀਸਿਸ ਚ ਆਪਾਂ ਦੱਸਦੇ ਹੁੰਦੇ ਆ ਕਿ ਐਸੇ ਚ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਜੋ ਵੀ ਹੈ ਬਾਡੀ ਪੈਰਾਗ੍ਰਾਫ 1 ਬਾਡੀ ਪੈਰਾਗ੍ਰਾਫ 1 ਦੇ ਵਿੱਚ ਆਪਾਂ ਨੇ ਕਰੀਆਂ ਚਾਰ ਗੱਲਾਂ ਜਿਵੇਂ ਕਿ ਆਪਣੇ ਕੋਲ ਇੱਕ ਕਨੈਕਟਰ ਕਿਹੜੇ ਕਿਹੜੇ ਸੀ ਟੂ ਬਿਗਨ ਵਿਦ in other words for example this evidence proves that matlab ki ho gaya 1 2 3 ਤੇ 4 ਇਹ ਚਾਰੇ ਗੱਲਾਂ ਨੂੰ ਤੁਹਾਨੂੰ ਸਟੈਪ ਬਾਈ ਸਟੈਪ ਲਿਖਣਾ ਪਊਗਾ ਜੇ ਐਗਜ਼ਾਮਪਲ ਤੁਹਾਨੂੰ ਝੂਠੀ ਵੀ ਆਉਂਦੀ ਏ ਤਾਂ ਵੀ ਸਰ ਦੇਗਾ ਰਹੀ ਗੱਲ ਬੋਡੀ ਪੈਰਾਗ੍ਰਾਫ 2 ਇੱਕੋ ਜਿਹੀ ਟਾਕ ਸੀ ਤਾਂ ਕਨੈਕਟਰ ਯੂਜ਼ ਕੀਤਾ ਫਰਦਰ ਮੋਰ ਐਕਸਪਲੇਨ ਕਰਨ ਦੇ ਲਈ ਟੂ ਐਕਸਪਲੀਕੇਟ ਐਗਜ਼ਾਮਪਲ ਦੇ ਲਈ ਫॉर ਇਨਸਟੈਂਸ ਤੇ ਰਿਜ਼ਲਟ ਦੇ ਲਈ ਹੈਂਸਰ ਮਤਲਬ ਕੀ ਹੋ ਗਿਆ ਚਾਰ ਗੱਲਾਂ ਐਜ ਕਰਤੀਆਂ 1 2 3 4 ਆਪਾਂ ਨੂੰ ਇਹ ਪਤਾ ਹੋਵੇ ਬਸ ਚਾਰ ਚਾਰ ਗੱਲਾਂ ਤੇ ਕਨੈਕਟਰ ਬੋਡੀ 1 ਤੇ ਬੋਡੀ 2 ਦੇ ਆਪਸ ਚ ਮੈਚ ਨਹੀਂ ਕਰਨੇ ਚਾਹੀਦੇ ਕਨਕਲੂਜਨ ਦੇ ਵਿੱਚ ਕੋਈ ਚੀਜ਼ ਨਵੀਂ ਨਹੀਂ ਕੀਤੀ ਮੈਂ ਕਿਹਾ ਵੀ ਇਹ ਜਿਹੜੀਆਂ ਲਿਊਕਰੇਟਿਵ ਜੌਬਸ ਨੇ ਜਿਹੜੀਆਂ ਲੋਕਾਂ ਨੂੰ ਅਟਰੈਕਟ ਕਰਦੀਆਂ ਨੇ ਇਹਦੇ ਨਾਲ ਬਹੁਤ ਜ਼ਿਆਦਾ ਬਰਡਨ ਹੈ ਜਿਹੜਾ ਉਹ ਹੋ ਰਿਹਾ ਹੈਗਾ ਅਲੋਂਗ ਵਿਦ ਮੈਂ ਕਿਹਾ ਵੀ ਇਹਦੇ ਨਾਲ ਨਾਲ ਆਈ ਬਿਲੀਵ ਮੈਂ ਕੀ ਯਕੀਨ ਕਰਦਾ ਕਿ ਇਹਦਾ ਲੋਕਾਂ ਦੇ ਉੱਤੇ ਤੇ ਉਹਨਾਂ ਦੇ ਕਮਾਕਾਰਾਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਕੰਪਲੀਟ ਰਾਈਟਿੰਗ ਟਾਸਕ ਹੈ ਇਸ ਤੋਂ ਸਟੈਪ ਬਾਈ ਸਟੈਪ ਕੋਈ ਵੀ ਕਿਸੇ ਵੀ ਤਰ੍ਹਾਂ ਕਲੀਅਰ ਨਹੀਂ ਹੋ ਸਕਦਾ ਤਾਂ ਮੈਂ ਉਮੀਦ ਕਰੂੰਗਾ ਕਿ ਬਹੁਤ ਚੰਗੇ ਤਰੀਕੇ ਨਾਲ ਤੁਹਾਨੂੰ ਸਮਝ ਆਇਆ ਹੋਊਗਾ